ਨੂੰ ਸਾਧ ਸੰਗਤ ਜੀ ਆਪਣੇ ਝੰਡੇ ਉੱਪਰ ਕਰ ਲਓ, ਆਪਣੇ ਬੈਨਰ ਉੱਪਰ ਕਰ ਲਓ, ਤਾਂ ਕਿ ਦਿੱਲੀ ਹਕੂਮਤ ਇਹ ਦੇਖ ਸਕੇ ਕਿ ਅਸੀਂ ਲਿੰਕਨ ਮੈਮੋਰੀਅਲ ਤੇ ਖੜੇ ਹਾਂ। ਦਰਬਾਰ ਸਾਹਿਬ ਤੋਂ ਜਿਹੜਾ ਸਫ਼ਰ ਆਜ਼ਾਦੀ ਦਾ ਸ਼ੁਰੂ ਹੋਇਆ ਸੀ ਉਹ ਵਾਸ਼ਿੰਗਟਨ ਡੀਸੀ ਚ ਪਹੁੰਚ ਚੁੱਕਾ ਹੈ। ਜਿਹੜੀ 6 ਜੂਨ 1984 ਨੂੰ ਜਦੋਂ ਸੰਤਾਂ ਨੇ ਇਹ ਵਚਨ ਕੀਤੇ ਸੀ ਕਿ ਜਿੰਨੀ ਦੇਰ ਤੱਕ ਉਹਨਾਂ ਦੇ ਸਰੀਰ ਚ ਜਾਨ ਹੈ ਤਾਂ ਦਹਿਸ਼ਤਗਰਦ ਦੀ ਆਰਮੀ ਦਰਬਾਰ ਸਾਹਿਬ ਚ ਨਹੀਂ ਪਹੁੰਚ ਸਕਦੀ, ਔਰ ਜੇ ਪਹੁੰਚੇਗੀ ਤਾਂ ਲਾਈਨ ਖਿੱਚ ਦਿੱਤੀ ਜਾਏਗੀ ਸਿੱਖ ਔਰ ਇੰਡੀਆ ਦੇ ਵਿੱਚ, ਜਿਹੜੀ ਲਾਈਨ 6 ਜੂਨ 1984 ਨੂੰ ਖਿੱਚੀ ਗਈ ਸੀ। ਜਿਹੜੀਆਂ ਗੋਲੀਆਂ ਦਾ ਖੜਕਾ ਹਿੰਦੁਸਤਾਨ ਨੇ ਨਹੀਂ ਨਾ ਸੁਣਿਆ, ਉਹ ਗੋਲੀਆਂ ਨਵੰਬਰ 2020 ਚ ਚੱਲਣਗੀਆਂ, ਜਿਹਨੂੰ ਵੋਟਾਂ ਕਹਿੰਦੇ ਆ ਰੈਫਰੈਂਡਮ ਦੀਆਂ, ਉਹਨੂੰ ਰੈਫਰੈਂਡਮ ਦੀਆਂ ਵੋਟਾਂ ਕਹਿੰਦੇ ਨੇ। ਤੇ AK-47 ਦਾ ਮਾਰਿਆ ਫੈਰ ਬੰਦਾ ਬਚ ਸਕਦਾ, ਪਰ 2020 ਚ ਪੈਣ ਵਾਲੀਆਂ ਵੋਟਾਂ ਹਿੰਦੁਸਤਾਨ ਨੂੰ ਲੈਡ ਬਣਗੀਆਂ। ਔਰ ਅੱਜ ਦਾ ਹਥਿਆਰ ਦੁਨੀਆ ਦਾ ਕਲਮ ਜੋ ਅਸੀਂ ਚੁੱਕੀ ਹੋਈ ਹੈ, ਉਸ ਰਾਹੀਂ ਅਸੀਂ ਰੈਫਰੈਂਡਮ 2020 ਨਵੰਬਰ 2020 ਦੇ ਵਿੱਚ ਇੱਕ ਅਨਆਫੀਸ਼ੀਅਲ ਵੋਟਾਂ ਕਰਵਾਵਾਂਗੇ, ਔਰ ਉਸ ਵੋਟਾਂ ਰਾਹੀਂ ਯੂਨਾਈਟਿਡ ਨੇਸ਼ਨ ਦੇ ਵਿੱਚ ਆਪਣਾ ਕਲੇਮ ਜਿਹੜਾ ਹੈ ਪੰਜਾਬ ਦੀ ਆਜ਼ਾਦੀ ਦਾ ਲੈ ਕੇ ਜਾਵਾਂਗੇ।